ਸ਼ਤਸ਼ਰੀਆ ਕਾਲ ਦੋਸਤੋ ਚੈਨਲ ਸਟੱਡੀ ਐਂਡ ਜੌਬ ਲਰਸ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਲੈ ਕੇ ਹਾਜ਼ਰ ਹੋ ਹਾਂ ਜੀ ਇਸ ਵੇਲੇ ਦੀ ਸਭ ਤੋਂ ਵੱਡੀ ਤੇ ਤਾਜ਼ਾ ਖਬਰ 26 ਅਕਤੂਬਰ ਦਿਨ ਬੁੱਧਵਾਰ ਦੀ ਛੁੱਟੀ ਇਨ੍ਹਾਂ ਸਕੂਲਾਂ ਦੇ ਕਾਲਜਾਂ ਨੂੰ ਕੋਸ਼ਟ ਦੇਖੋ ਕਿਹੜੇ ਸਕੂਲ ਤੇ ਕਾਲਜ ਰਹਿਣਗੇ ਬੰਦ ਤਾਂ ਪਿਆਰੇ ਦਰਸ਼ਕ ਤੁਹਾਨੂੰ ਅੱਗੇ ਵੀ ਸਾਰੀ ਜਾਣਕਾਰੀ ਦੰਨੇ ਆ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਦ ਲੋਹਣ ਸ਼ੁਰੂਆਤ ਕਰ ਲੈਣੇ ਸਮੇਂ ਦੀ ਸਭ ਤੋਂ ਪਹਿਲੀ ਤੇ ਵੱਡੀ ਖਬਰ ਤੋਂ ਤਾਂ ਦੋਸਤੋ ਦੀਵਾਲੀ ਦੇ ਛੁੱਟੀਆਂ ਲਗਭਗ ਖਤਮ ਹੋਣ ਨੂੰ ਹਨ ਉਮੀਦ ਕਰਦਿਆਂ ਕਿ ਦੀਵਾਲੀ ਤੁਹਾਡੇ ਤੇ ਤੁਹਾਡੇ ਪਰਿਵਾਰ ਵਾਸਤੇ ਖੁਸ਼ੀਆਂ ਭਰੀ ਰਹੀ ਹੋਵੇਗੀ ਪਰ ਦੋਸਤੋ ਇਸ ਦੇ ਨਾਲ ਹੀ ਸਾਰਿਆਂ ਦੇ ਹੀ ਮਨਾਂ ਵਿੱਚ ਇਹ ਸਵਾਲ ਪੈਦਾ ਹੋ ਰਿਹਾ ਹੈ ਕਿ ਕੀ ਹੁਣ 26 ਅਕਤੂਬਰ ਦੀ ਵੀ ਛੁੱਟੀ ਹੋਵੇਗੀ ਜਾਂ ਫਿਰ ਨਹੀਂ ਕਿਉਂਕਿ ਇਸ ਦਿਨ ਭਾਈ ਦੂਜ ਯਾਨੀ ਕਿ ਟਿੱਕੇ ਦਾ ਤਿਉਹਾਰ ਹੈ ਤਾਂ ਦੋਸਤੋ ਤੁਹਾਡੇ ਕਮੈਂਟਸ ਆਉਣ ਤੋਂ ਬਾਅਦ ਇਹ ਨਿਊਜ਼ ਮਿਲੀ ਹੈ ਕਿ ਜਿਵੇਂ ਕਿ ਤੁਸੀਂ ਵੀ ਜਾਣਦੇ ਹੋ ਕਿ ਦੇਸ਼ ਦੇ ਬਹੁਤ ਸਾਰੇ ਪ੍ਰਾਈਵੇਟ ਸਕੂਲ ਅਜੇ ਹਨ ਜੋ ਦੀਵਾਲੀ ਵਰਗੇ ਵੱਡੇ ਤੋਂ ਵੱਡੇ ਤਿਉਹਾਰ ਨੇ ਤਾਂ ਛੁੱਟੀਆਂ ਕਰਦੇ ਹੀ ਹਨ ਪਰ ਇਸ ਦੇ ਨਾਲ ਹੀ ਆਪਣੀਏ ਕੁਝ ਰੱਖਮੀਆਂ ਛੁੱਟੀਆਂ ਰੱਖ ਲੈਂਦੇ ਨੇ ਜੋ ਕਿਸੇ ਨਾ ਕਿਸੇ ਵਿਸ਼ੇਸ਼ ਦਿਨ ਤੇ ਕਰਦੇ ਨੇ ਸੋ ਰਾਜ ਵਿੱਚ ਕੱਲ ਨੂੰ ਕਈ ਥਾਵਾਂ ਤੇ ਛੁੱਟੀ ਵੇਖਣ ਨੂੰ ਮਿਲੇਗੀ ਪਰ ਜੇਕਰ ਆਪਾਂ ਗੱਲ ਕਰੀਏ ਆਪਣੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਾਂ ਇਸ ਛੁੱਟੀ ਬਾਰੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਤੁਹਾਡੀ ਇਸ ਖਬਰ ਬਾਰੇ ਕੀ رائے ਹੈ ਕਿ ਕੱਲ ਦੀ ਛੁੱਟੀ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਆਪਣੀ رائے ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜੁਰੂਰ ਭੇਜਣਾ ਗੱਲ ਕਰ ਲੈਣੇ ਜੀ ਅਗਲੀ ਖਬਰ ਤੇ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਲੋਕਾਂ ਨੇ ਸ਼ਰਯੰਮਤ ਜਿਹਾ ਉਡਾਈਆਂ 2 ਘੰਟਿਆਂ ਦੀ ਬਜਾਏ ਸ਼ਾਮ 6 ਵਜੇ ਤੋਂ ਰਾਤ 1 ਵਜੇ ਤੱਕ ਹੁੰਦੀ ਰਹੀ ਠਾਠਾ ਤਾਂ ਦੋਸਤੋ ਪੰਜਾਬ ਵਿੱਚ ਕਈ ਥਾਵਾਂ ਤੇ ਸਰਕਾਰ ਦੇ ਹੁਕਮਾਂ ਦੀ ਸ਼ਰਯੰਮਤ ਜਿਹਾ ਉਡਾਈਆਂ ਹਨ ਲੋਕਾਂ ਨੇ ਖੂਬ ਪਟਾਕੇ ਚਲਾਏ ਹਨ ਜਿਸ ਕਰਕੇ ਦੀਵਾਲੀ ਦੇ ਪਟਾਕਿਆਂ ਨੇ ਕਈ ਸ਼ਹਿਰਾਂ ਦਾ ਮਾਹੌਲ ਖਰਾਬ ਕਰ ਦਿੱਤਾ ਹੈ ਦਰਅਸਲ ਆ ਦੀਵਾਲੀ ਵਾਲੇ ਦਿਨ ਰਾਤ 8 ਵਜੇ ਤੋਂ ਲੈ ਕੇ 10 ਵਜੇ ਤੱਕ ਪਟਾਕੇ ਚਲਾਉਂਦਾ ਸਮਾਂ ਤੈਅ ਕੀਤਾ ਗਿਆ ਸੀ ਪਰ ਇਸ ਦੇ ਉਲਟ ਕਈ ਥਾਵਾਂ ਤੇ ਲੋਕਾਂ ਨੇ ਸ਼ਾਮ 6 ਵਜੇ ਦੇ ਕਰੀਬ ਹੀ ਪਟਾਕੇ ਚਲਾਉਣੇ ਸ਼ੁਰੂ ਕਰਤੇ ਜੋ ਰਾਤ ਦੇ ਕਰੀਬ 1 ਵਜੇ ਤੱਕ ਜਾਰੀ ਰਹੇ ਪੰਜਾਬ ਵਿੱਚ ਦੀਵਾਲੀ ਮੌਕੇ ਜ਼ਿਆਤਰ ਲੋਕ ਗ੍ਰੀਨ ਪਟਾਕਿਆਂ ਦੀ ਬਜਾਏ ਸ਼ੋਰ ਵਾਲੇ ਪਟਾਕੇ ਚਲਾਏ ਹਨ ਇਸ ਦੇ ਨਾਲ ਦੇਰ ਰਾਤ ਤੱਕ ਆਸਵਾਜ ਤੇ ਬੰਬਾਂ ਧਮਾਕੇ ਵੱਜਦੇ ਰਹੇ ਇਨ੍ਹਾਂ ਪਟਾਕਿਆਂ ਤੋਂ ਕਾਫੀ ਧੂਆ ਨਿਕਲ ਰਿਹਾ ਸੀ ਜਿਸ ਕਰਕੇ ਵਾਤਾਵਰਣ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਧ ਗਈ ਹੈ ਸੋ ਦੋਸਤੋ ਤੁਸੀਂ ਜਿਵੇਂ ਸਾਰੇ ਸਿਆਣੇ ਅੰਗੇ ਤਾਂ ਦੋਸਤੋ ਗ੍ਰੀਨ ਦੀਵਾਲੀ ਮਨਾਇਆ ਕਰੋ ਪਟਾਕੇ ਘੱਟ ਤੋਂ ਘੱਟ ਚਲਾਓ ਕਿਉਂਕਿ ਜੀ ਇਸ ਵਾਰਤਾ ਦੇਖਿਆ ਜੀ ਪਟਾਕੇ ਬਹੁਤ ਜ਼ਿਆਦਾ ਜੀ ਮਹਿੰਗੇ ਹੋ ਚੁੱਕੇ ਨੇ ਆਪਾਂ ਨੂੰ ਵੀ ਸਾਰੀ ਜਾਣ ਦਿਆਂਗੇ ਕੋਸ਼ਿਸ਼ ਇਹ ਕਰੋ ਕਿ ਜਿੰਨਾ ਪਟਾਕਿਆਂ ਦੇ ਜਿੰਨਾ ਰੁਪਈਏ ਤੁਸੀਂ ਇਹ ਪਟਾਕੇ ਲਿਆਉਣੇ ਹਨ ਉਹ ਰੁਪਈਏ ਜੇ ਤੁਸੀਂ ਕਿਸੇ ਗਰੀਬ ਦੇ ਠੀਕ ਹੈ ਜੀ ਮੂੰਹ ਚ ਪਾ ਦੋ ਉਹਦਾ ਪੇਟ ਭਰ ਦੋ ਕੋਈ ਚੀਜ਼ ਨੂੰ ਲੈ ਕੇ ਦੇ ਦੇਣ ਜੀ ਕੱਪੜਾ ਲੈ ਜਾ ਕੋਈ ਠੀਕ ਹੈ ਜਾਂ ਫਿਰ ਖਾਣ ਨੂੰ ਚੀਜ਼ ਉਹਨੂੰ ਲੈ ਕੇ ਦੇ ਦੋ ਤੁਹਾਨੂੰ ਉਹ ਦਵਾਮਾ ਦੇਊਗਾ ਤੇ ਤੁਹਾਡੀ ਦੀਵਾਲੀ ਤੇ ਵੀ ਚਾਰ ਚੰਨ ਲੱਗ ਜਾਣਗੇ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਵਸਾਈ ਨਹੀਂ ਜੇ ਕਿ ਜਾਣਕਾਰੀ ਚੰਗੀ ਲੱਗੇ ਉਹ শেয়ার ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ